नमस्कार, आप देख रहे हैं गोलमाल न्यूज। जालंधर के पोर्श एरिया अर्बन स्टेट फेज 2 में हिट एंड रन के मामले में टाइल कारीगर की मौत हो गई है। कारीगर अपने रिश्तेदारों को मिलने के लिए बाइक से घर वापसी कर रहा था। रास्ते में एक तेज रफ्तार कार ने उसकी बाइक को टक्कर मार दी, जिसके बाद वह गंभीर रूप से जख्मी हो गया। अस्पताल में इलाज के दौरान उसकी मौत हो गई। कारीगर के 2 छोटे बच्चे हैं और उसकी पहचान प्रकाश, उम्र 35 साल, निवासी गोल्डन एवेन्यू के रूप में हुई है। हाँ जी सर, की नाम है जी अपना? ਮੇਰਾ ਨਾਮ ਗੁਰਮਿੰਦਰ ਸਿੰਘ। ਓਕੇ ਭਾਜੀ, ਕੀ ਗੱਲ ਹੋਈ ਸੀਗੀ ਮੈਨੂੰ ਮਾੜਾ ਜਿਹਾ ਦੱਸ ਦਿਓ। ਇੱਥੇ ਐਕਸੀਡੈਂਟ ਹੋਇਆ ਸੀ, ਮੌਕੇ ਤੇ ਗੱਡੀ ਜਿਹੜੀ ਸੀ ਉਹਦੀ ਨੰਬਰ ਪਲੇਟ ਵੀ ਇੱਥੇ ਡਿੱਗੀ ਸੀ, ਉਹ ਵੀ ਮੈਂ ਰੱਖ ਲਈ, ਮੈਂ ਪੁਲਿਸ ਮੁਲਾਜ਼ਮਾਂ ਨੂੰ ਸਪੁਰਦ ਕਰਨ ਲੱਗਾ। ਓਕੇ, ਤੇ ਇਹਨਾਂ ਨੂੰ ਮੈਂ ਜਿਹੜਾ ਮ੍ਰਿਤਕ ਸੀ ਉਹਨੂੰ ਹਸਪੀਟਲ ਲੈ ਕੇ ਗਏ ਪਰ ਬਚੇ ਨਹੀਂ। ਭਾਜੀ ਮੌਕੇ ਦੇ ਉੱਤੇ ਮੌਤ ਹੋ ਗਈ ਸੀਗੀ ਉਹਦੀ? ਨਹੀਂ, ਮੌਕੇ ਤੇ ਮਾੜਾ ਮੋਟਾ ਸਾਹ ਪ੍ਰਾਣ ਹੈਗਾ ਸੀ, ਪਰ ਜਦੋਂ ਲੈ ਕੇ ਗਏ ਰਾਸਤੇ 'ਚ ਮੌਤ ਹੋ ਗਈ। ਓਕੇ, ਅੱਛਾ ਰਸਤੇ ਵਿੱਚ। ਭਾਜੀ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਸੀ? ਭਾਜੀ ਆ ਬਿਲਕੁਲ ਆ ਚੌਂਕ ਜਾ ਫੇਸ 2 ਲਾਈਟਾਂ, ਫੇਸ 2 ਦੀਆਂ ਲਾਈਟਾਂ ਦੇ ਉੱਤੇ ਆ ਸਾਰਾ ਬਣਾਵਾ। ਕੀ ਗੱਲ ਕੀ ਸਰ, ਦੱਸੋ ਥੋੜੀ ਗੱਲ। ਇੱਦਾਂ ਵਾ ਕਿ ਮੇਰੇ ਘਰ ਆਇਆ ਵਾ, 5-7 ਮਿੰਟ ਰੁਕਿਆ, ਮੈਨੂੰ ਕਹਿਣ ਲੱਗਾ ਵਾ ਕਿ ਪਲੋਟ ਦੀਆਂ ਕਿਸ਼ਤਾਂ 2-3 ਬੰਦਿਆਂ ਨੇ ਲਿਆ ਵਾ ਅਤੇ ਕਿਸ਼ਤਾਂ ਇਕੱਠੀਆਂ ਕਰਨੀਆਂ, ਕੱਲ੍ਹ ਮੰਡੇ ਹੈਗਾ ਵਾ ਅਤੇ ਕੱਲ੍ਹ ਕਿਸ਼ਤਾਂ ਜਮ੍ਹਾਂ ਕਰਨੀਆਂ ਜਾਣੀਆਂ। ਮੈਂ ਕਿਹਾ ਚੱਲ ਠੀਕ ਆ, ਮੈਂ ਵੀ ਪਲਾਂਟ ਦੀ ਕਿਸ਼ਤ ਦੇਣੀ ਆ, ਮੈਂ ਇਕੱਠਾ 50,000 ਰੁਪਈਆ ਦਊਂਗਾ, ਪਰ ਮੇਰੇ ਕੋਲ ਹਜੇ ਨਹੀਂ ਹੈ। ਉਹਨੇ ਮੈਨੂੰ ਅੱਗੇ ਜਵਾਬ ਦਿੱਤਾ ਕਿ ਅੱਗੇ ਮੇਰੇ ਕੋਲ ਫੋਨ ਆਏਗਾ ਅਤੇ ਮੈਂ ਉਹਨੂੰ ਤੁਹਾਡਾ ਨੰਬਰ ਦੇ ਦੂੰਗਾ। ਮੈਂ ਕਿਹਾ ਠੀਕ ਆ, ਮੇਰਾ ਨੰਬਰ ਦੇ ਦਿਓ। ਮੈਂ ਕਿਹਾ ਹੁਣ ਟਾਈਮ ਹੋ ਗਿਆ, ਤੂੰ ਘਰੇ ਜਾ ਅਤੇ ਮੈਂ ਵੀ ਨਹਾਵਾਂ, ਮੈਂ ਸਾਈਂ ਦਿਹਾੜੀ ਨਹਾਤਾ ਨਹੀਂ ਹੈਗਾ। ਉਹ ਬਾਈਕ ਲੈ ਕੇ ਬਾਹਰ ਨਿਕਲਿਆ ਵਾ ਗੇਟੋਂ, ਮੈਂ ਅੰਦਰ ਬਾਥਰੂਮ 'ਚ ਨਹਾਉਣ ਚਲੇ ਗਿਆ ਵਾਂ, ਨਹਾ ਕੇ ਬਾਹਰ ਨਿਕਲਿਆ ਵਾਂ ਅਤੇ ਮੈਨੂੰ ਫੋਨ ਆਇਆ ਵਾ ਕਿ ਇੱਦਾਂ ਇੱਦਾਂ ਐਕਸੀਡੈਂਟ ਹੋ ਗਿਆ ਵਾ। ਫਿਰ ਮੈਂ ਦੁਬਾਰਾ ਫੋਨ ਕੀਤਾ ਵਾ ਉਹਦੇ ਨੰਬਰ ਦੇ ਉੱਪਰ ਅਤੇ ਮੈਨੂੰ ਕਿਸੇ ਮੈਡਮ ਨੇ ਨੰਬਰ ਚੁੱਕਿਆ ਵਾ, ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਸਿਵਲ ਹੋਸਪਿਟਲ ਆ ਜਾਓ, ਉਹਦੀ ਡੈਥ ਹੋ ਚੁੱਕੀ ਆ। ਕਿੰਨੇ ਵਜੇ ਘਰੋਂ ਨਿਕਲਿਆ ਅਤੇ ਕਿੰਨੇ ਵਜੇ ਤੁਹਾਨੂੰ ਐਕਸੀਡੈਂਟ ਦਾ ਫੋਨ ਆਇਆ? ਐਕਚੁਲੀ ਕਿ ਹੁਣ ਮੈਂ 10 ਵੱਜਣ ਲੱਗੇ ਆ, ਤਕਰੀਬ 11 ਵੱਜਣ ਲੱਗੇ ਆ, 9:45 ਵਜੇ ਦੀ ਗੱਲ ਆ। ਮੈਨੂੰ ਕਿਹਾ ਕਿ ਤੁਸੀਂ ਸਿਵਲ ਹੋਸਪਿਟਲ ਆ ਜਾਓ, ਉਸ ਬੰਦੇ ਦੀ ਡੈਥ ਹੋ ਚੁੱਕੀ ਆ। ਉਹ ਇਸ ਇਸ ਤੋਂ ਬਾਅਦ ਉਹਦੇ ਭਰਾ ਦਾ ਫੋਨ ਆ ਗਿਆ ਕਿ ਤੁਸੀਂ ਫਟਾਫਟ ਮੇਰੇ ਘਰ ਆਓ, ਮੈਂ ਬਾਹਰ ਖੜਾ ਹੈਗਾ। ਮੈਂ ਕਿਹਾ ਠੀਕ ਆ। ਅਬ ਮੈਂ ਅਤੇ ਮੇਰਾ ਛੋਟਾ ਭਰਾ ਮਨੋਜ, ਅਸੀਂ ਦੋਵੇਂ ਨਾ ਬਾਹਰ ਆਏ ਹਾਂ, ਮੇਰੇ ਘਰ ਲਾਗੇ ਪਹੁੰਚੇ। ਇਹਨਾਂ ਨੇ ਕੀ ਕੀਤਾ ਕਿ 3-wheeler ਹੈਗਾ ਆਪਣਾ ਸੱਜਣ ਮਿੱਤਰ ਦਾ, 3-wheeler ਦੇ ਵਿੱਚ ਸਾਰੇ ਬਹਿ ਕੇ ਸਿਵਲ ਹੋਸਪਿਟਲ ਆਉਣ ਲੱਗੇ। ਅਸੀਂ ਵੀ ਨਾਲ ਉਹਨਾਂ ਦੇ ਆ ਗਏ, ਇੱਥੇ ਆਇਆ ਅਤੇ ਸਿਵਲ ਹੋਸਪਿਟਲ ਤੋਂ ਇਹਨਾਂ ਨੇ SI ਹੋਸਪਿਟਲ ਸਾਨੂੰ ਭੇਜ ਦਿੱਤਾ ਕਿ ਉੱਥੇ ਚਲੇ ਜਾਓ, ਤੁਸੀਂ ਪੇਸ਼ੈਂਟ ਨੂੰ ਉੱਥੇ ਭੇਜਿਆ ਵਾ। ਇੱਥੇ ਆ ਕੇ ਵੇਖਿਆ ਤਾਂ ਉਹਦੀ ਡੈਥ ਹੋਈ ਗਈ। ਇੱਕ ਆਇਆ ਸੀ ਜੀ, 35 ਸਾਲ ਮੇਲ ਹੈਗਾ ਆ, ਪ੍ਰਕਾਸ਼ ਨਾਮ ਸਨ, ਪੰਚਮ ਰਾਜਾ ਜਿਹੜਾ ਕਿ ਆਪਣਾ MP ਦਾ ਵਾਸੀ ਸੀਗਾ, ਫਿਲਹਾਲ ਹਾਲ ਵਾਸੀ ਇੱਥੇ ਗੋਲਡਨ ਐਵਨਿੰਗ ਰਹਿੰਦਾ ਜਿਹੜਾ ਸਰ। ਅਤੇ ਇਹ ਫੇਜ 1 ਫੇਜ 2 ਦੀਆਂ ਲਾਈਟਾਂ ਤੋਂ ਮੂਹਰੋਂ ਲੈ ਕੇ ਆਏ ਨੇ। ਐਕਸੀਡੈਂਟ ਕੇਸ ਹੈਗਾ ਸਾਡੇ ਕੋਲ, ਬਰੋਡ ਡੈਡ ਆਇਆ ਕੇਸ, ਨਾ ਕੋਈ ਸਾਹ ਨਾ ਕੋਈ ਹਾਰਟ ਰੇਟ ਕੁਛ ਨਹੀਂ ਸੀਗਾ, ਈਸੀਜੀ ਸਟੈਟ ਲਾਈਨ ਸੀਗੀ ਉਹਦੀ। ਅਤੇ ਜੋ ਬਣਦੀ ਕਾਰਵਾਈ ਅਸੀਂ ਥਾਣੇ 7 ਨੰਬਰ ਜ਼ਿਲ੍ਹਾ ਕਰਦੀ ਸੀਗੀ, ਜੋ ਕਾਰਵਾਈ ਹੋਊਗੀ ਉਹ ਅੱਗੇ ਕਰਨਗੇ। ਸਰ ਉਹਨੂੰ ਲੈ ਕੇ ਹੁਣ ਆਇਆ ਇੱਥੇ ਘਰ ਦੇ ਆਏ ਜਾਂ ਕਿੱਦਾਂ? ਨਹੀਂ, ਲੈ ਕੇ ਕੋਈ ਇੱਦਾਂ ਹੀ ਬੰਦਾ ਲੈ ਕੇ ਆਇਆ ਸੀਗਾ, ਉਹਦਾ ਨਾਮ ਪਤਾ ਸਾਰਾ ਸੀ ਪੁਲਿਸ ਵਾਲਿਆਂ ਨੂੰ ਦੇ ਦਿੱਤਾ। ਮ੍ਰਿਤਕ ਇਹਦੇ ਘਰ ਦੇ ਆ ਗਏ ਸਰ? ਘਰਦੇ ਹੁਣ ਆ ਗਏ ਨੇ, ਉਹਨਾਂ ਨੇ ਪਹਿਲਾਂ ਤਾਂ ਨਹੀਂ ਨਾਮ ਪਤਾ ਸੀ, ਚਲੋ ਹੁਣ ਨਾਮ ਪਤਾ ਸਭ ਕੁਛ ਪਤਾ ਲੱਗ ਗਿਆ ਸਾਨੂੰ। ਥਾਣੇ ਇਨਫੋਰਮੇਸ਼ਨ ਦੇ ਦਿੱਤੀ ਸਰ? ਹਾਂਜੀ, ਇਨਫੋਰਮੇਸ਼ਨ ਚਲੀ ਗਈ ਹੈ ਸਾਡੇ ਵੱਲੋਂ, ਚਲੀ ਗਈ ਹੈ। ਬਾਕੀ ਪੁਲਿਸ ਪੂਰੀ ਟੈਕਟੀ ਤੱਕ ਕਰ ਰਹੀ ਹੈ, ਜੋ ਵੀ ਸਾਨੂੰ ਇਨਫੋਰਮੇਸ਼ਨ ਮਿਲੀ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਡਾਕਟਰ ਜੋ ਸਰ। ਥੈਂਕ ਯੂ। ਹਾਂਜੀ ਦੱਸ ਦਿਓ, ਐਕਸੀਡੈਂਟ ਹੋਇਆ ਜੀ, ਮੈਟਰ ਕੀ ਸਰ? ਪ੍ਰਕਾਸ਼ ਰਜਤ ਨਾਮ ਰਹਿਤਾ ਮੈਕਸਰ ਦੇ ਆਪਣਾ ਜੀ, ਮੋਟਰਸਾਈਕਲ ਨੰਬਰ PG 08-8DX-0617 ਆ ਰਿਹਾ ਸੀ। ਇਹਨੂੰ ਵਾਈਟ ਰੰਗ ਦੀ ਕਾਰ ਹਿੱਟ PG 08-ER-0546 ਹਿੱਟ ਕਰਕੇ ਚੱਲ ਗਈ ਸੀ, ਅਤੇ ਕਾਰ ਰਨ ਕਰ ਰਹੀ ਆ ਅਤੇ ਦੇਖਿਆ ਵੀ ਸਰ ਕਿਹੜੀ ਐਕਸੀਡੈਂਟ ਹੋਇਆ ਕਿੱਥੇ ਸਰ? ਕਿੱਥੋਂ ਆ ਰਿਹਾ ਸੀ, ਕਿੱਥੇ ਜਾ ਰਿਹਾ ਸੀ ਬਾਈਕ?
ओके तो सर पता लगे जी गड्डी सी अपना कहीं नाके तोड़ती हुई जी है क्रॉस करके गई कि वो ड्रिंक वगैरह की हुई बंद नहीं तो बुद्धे को जो मोटरसाइकिल किन्ने जने से सर मौके उत्ते बंदे डैथ हो गई हाँ जी मौके उत्ते बंदे की डैथ हो गई डॉक्टर साहब ने दसना जी डॉक्टर साहब ने दसना की नाम सर आपका गुलशन कुमार थाना जी।